ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਕੀਤੀ ਅਪੀਲ, ਕਿਹਾ ਕਿ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਵੋਟਰ ਕਾਰਡ ਦਿੱਤੇ ਹਨ, ਇਸ ਦੀ ਜ਼ਰੂਰ ਵਰਤੋਂ ਕਰੋ। ਨਾਲ ਹੀ ਉਨ੍ਹਾਂ ਕਿਹਾ ਕਿ ਚੰਗੇ ਬੰਦਿਆਂ ਨੂੰ ਚੁਣੋ ਜੋ ਤੁਹਾਡੇ ਦੁੱਖਾਂ ਸੁੱਖਾਂ 'ਚ ਤੁਹਾਡਾ ਸਾਥ ਦੇਣ। ਵੋਟ ਜ਼ਰੂਰ ਪਾਓ ਤਾਂ ਜੋ ਪੰਜਾਬ ਵਿੱਚ ਵੋਟ ਫੀਸਦ ਵੱਧ ਸਕੇ। ਅੱਗੋਂ ਦੇਖੋ ਇਸ ਵੀਡੀਓ ਵਿੱਚ ਭਗਵੰਤ ਮਾਨ ਨੇ ਹੋਰ ਕੁਝ ਕੀ ਕਿਹਾ। ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ। ਅੱਜ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ ਵੋਟਿੰਗ ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ 'ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ। ਮਤਲਬ 70% ਤੋਂ ਵੀ ਉੱਪਰ, 75 ਤੋਂ ਵੀ ਉੱਪਰ, 80 ਤੋਂ ਵੀ ਉੱਪਰ ਪਰਸੈਂਟੇਜ ਜਿਹੜੀ ਹੈ ਦੇਖੀ ਗਈ ਹੈ। ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ, ਚੇਤਨ ਲੋਕ ਨੇ। ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ। ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ, ਇੱਕ ਦਿਨ ਗਰਮੀ ਝੱਲ ਲਾਂਗੇ, ਪਰ ਇਹ ਗਰਮੀ ਜਿਹੜੀ ਹੈ ਇੱਕ ਦਿਨ ਦੀ, ਇਹ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਬਦਲ ਸਕਦੀ ਹੈ। ਕਿਉਂਕਿ ਫਿਰ ਬਾਅਦ 5 ਸਾਲ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆਹ ਸਰਕਾਰ ਆ ਗਈ, ਹੋਈ ਸਰਕਾਰ ਆ ਗਈ। ਉਸ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ। ਆਪਣਾ ਮਤ ਦਾ ਅਧਿਕਾਰ, ਮਤਦਾਨ ਕਹਿੰਦੇ ਆ, ਮਤ ਹੋ ਗਿਆ ਅਕਲ, ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣੀ ਮਤ ਜਿਹੜੀ ਆ ਉਹ ਇਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ, ਸਾਡੇ ਲਈ ਕੰਮ ਕਰੇ। ਸੋ ਚੰਗੇ ਬੰਦਿਆਂ ਨੂੰ ਚੁਣੋ, ਇਹੀ ਕਹੂੰਗਾ ਮੈਂ, ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ, ਤੁਹਾਡੇ ਵਿੱਚ ਰਹਿੰਦੇ ਹੋਣ, ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਗਰੀਬੀਆਂ ਹੰਢਾਈਆਂ ਹੋਣ, ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ। ਜਦੋਂ ਇਹੋ ਜਿਹੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੇ ਆ ਫਿਰ ਕਾਨੂੰਨ ਵੀ ਅੰਦਰੋਂ ਇਹੋ ਜਿਹੇ ਬਣ ਕੇ ਆਉਂਦੇ ਆ। ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਪਹਿਲਾਂ ਮੇਰੀ ਵੋਟ ਮੋਹਾਲੀ ਹੁੰਦੀ ਸੀ ਪਰ ਅਸੀਂ ਸੰਗਰੂਰ ਬਣਾਈ ਹੈ। ਸੋ ਪਹਿਲੀ ਵਾਰ ਮੈਂ ਇੱਥੇ ਵੋਟ ਪਾਉਣ ਆਇਆ ਅਤੇ ਬਾਕੀ ਮੈਨੂੰ ਉਮੀਦ ਹੈ ਕਿ ਭਾਵੇਂ ਸ਼ਹਿਰੀ ਇਲਾਕੇ ਨੇ, ਭਾਵੇਂ ਪੇਂਡੂ ਨੇ, ਭਾਵੇਂ ਕਸਬੇ ਵਾਲੇ ਨੇ, ਪੰਜਾਬ ਦੇ ਵਿੱਚ ਬਹੁਤ ਭਾਰੀ ਵੋਟਿੰਗ ਹੋਊਗੀ ਅਤੇ ਉਸ ਭਾਰੀ ਵੋਟਿੰਗ ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇੱਕ ਇਹੋ ਜਿਹੀ ਜਿਹੜੀ ਕੌਮ ਹੈ, ਪੰਜਾਬ ਦੇ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ। ਜੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ। ਬਿਲਕੁਲ ਬਿਲਕੁਲ, ਕੋਈ ਬਾਤ ਨਹੀਂ, ਪੰਜਾਬੀਓ ਕੇ ਲਈ ਗਰਮੀ ਕੋਈ ਖਾਸ ਐਸੀ ਨਹੀਂ ਮਾਇਨੇ ਰੱਖਤੀ, ਕਿਉਂਕਿ ਹਮ ਲੋਕ ਖੇਤੋਂ ਮੇ ਕਾਮ ਕਰਕੇ ਆਏ ਹੈ। ਹਮ ਲੋਕ 48-50 ਡਿਗਰੀ ਮੇ ਤੋ ਆਮ ਤੌਰ ਪਰ ਹੀ ਘੁੰਮਤੇ ਰਹਤੇ ਹੈ। ਤੋ ਮੇਰੇ ਖਿਆਲ ਮੇ 70% ਸੇ ਜ਼ਿਆਦਾ, 75% ਸੇ ਵੀ ਜ਼ਿਆਦਾ ਵੋਟਿੰਗ ਕੀ ਉਮੀਦ ਹੈ। ਤੋ ਇੱਕ ਘੰਟੇ ਮੇ 10% ਹੋ ਗਈ ਹੈ ਇਸ ਬੂਥ ਪੇ, ਤੋ ਇੱਕ ਘੰਟੇ ਮੇ 10% ਹੋ ਗਈ ਹੈ। ਤੋ ਇਸਕਾ ਮਤਲਬ ਅਗਰ ਥੋੜਾ 1-2 ਵਜੇ ਥੋੜਾ ਸਲੋ ਵੀ ਹੋ ਗਿਆ ਤੋ 4-5 ਵਜੇ ਫਿਰ ਅਪ ਹੋਗਾ, ਤੋ 70-80 ਕੀ ਤਰਫ ਜਾ ਰਹਾ ਹੈ। ਹੈ ਜੀ, ਆਪ ਖੁਦ ਲਾਈਨ ਮੇ ਲੱਗਕਰ ਵੋਟ ਡਾਲਨੇ ਕੇ ਲੀਏ ਗਏ? ਵੋਟ ਕੀ ਕੀਮਤ ਤੋ ਜੋ ਮੇਰੇ ਸਾਹਮਣੇ ਲਾਈਨ ਮੇ ਖੜਾ ਉਸਕੀ ਵੀ ਵਹੀ ਹੈ ਨਾ, ਵੋਟਰ ਕਾਰਡ ਤੋ ਉਸਕੇ ਪਾਸ ਵੀ ਵਹੀ ਹੈ, ਮੇਰੇ ਪਾਸ ਵੀ ਵਹੀ ਹੈ। ਤੋ ਲਾਈਨ ਮੇ ਲਗਨੇ ਮੇ ਕੋਈ ਹਰਜ ਨਹੀਂ ਹੈ। ਵੀਵੀਪੈਟ ਕਾ ਕੋਈ ਇਸ਼ੂ ਥਾ, ਵੀਵੀਪੈਟ ਦਾ ਕੋਈ ਇਸ਼ੂ ਸੀਗਾ, ਉਹ ਉਹਨਾਂ ਨੇ ਚੇਂਜ ਕਰ ਦਿੱਤਾ। ਸਰ 13 ਦੀਆਂ 13 ਹੌਟ ਨੇ, ਕਿਉਂਕਿ ਦੇਸ਼ ਦੀ ਸਰਕਾਰ ਬਣਾਉਣੀ ਹੈ, ਕੱਲੇ ਸੰਗਰੂਰ ਨੇ 13 ਦੀਆਂ 13 ਹੌਟ ਨੇ।
ਔਰ 13 ਦੀਆਂ 13 ਸਾਡੇ ਲਈ ਅੱਜ ਤਾਂ ਵੈਸੇ ਹੀ ਹੌਟ ਡੇ ਹੈ, ਠੀਕ ਹੈ ਨਾ। ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮਾਇਨੇ ਨਹੀਂ ਰੱਖਦੀ ਵੀ ਆਹ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਂ ਇਹਤੇ ਘੱਟ ਮਿਹਨਤ ਕਰੋ। ਮੈਂ 122 ਰੈਲੀਆਂ ਕੀਤੀਆਂ ਪਿਛਲੇ 25 ਦਿਨ 'ਚ। ਮੈਂ ਕੋਈ ਇਹ ਹਲਕਾ ਨਹੀਂ ਇੱਦਾਂ ਲਿਆ ਕਿ ਨਹੀਂ ਨਹੀਂ ਇੱਥੇ ਤਾਂ ਚਲੋ ਜਿੱਤੇ ਹੀ ਪਏ ਹਾਂ ਜਾਂ ਫਲਾਣਾ। ਜਿੰਨਾ ਚਿਰ ਰੀਬਨ 'ਚ ਨਹੀਂ ਵੱਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ। ਆਪਣੇ ਵੱਲੋਂ ਐਫਰਟ ਕੀਤੀ ਹੈ, ਪੋਜ਼ਿਟਿਵ ਕਮੈਂਟ ਕਰਾਂ, ਮੈਂ ਪੋਜ਼ਿਟਿਵ ਕੰਪੇਨ ਕਰਾਂ, ਮੈਂ ਆਪਣੇ ਕੰਮਾਂ ਦੀ, ਮੈਂ ਆਪਣੇ ਬਿਜਲੀ ਦੇ, ਆਪਣੇ ਪਾਣੀ ਦੇ, ਆਪਣੇ ਨੌਕਰੀਆਂ ਦੇ, ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ 'ਤੇ ਵੋਟ ਮੰਗੀ ਹੈ। ਇੱਕ ਵੀ ਤੁਸੀਂ ਦੇਖ ਲਓ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲ ਕਿ ਮੇਰੇ ਤੋਂ ਕੋਈ ਲੂਜ਼ ਟਾਕ ਹੋ ਗਈ ਜਾਂ ਮੈਂ ਕੁਛ ਕੋਈ ਗਲਤ ਕਰਤਾ। ਮੈਂ ਬਿਲਕੁਲ ਚੋਣ ਜ਼ਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ। ਜੇ ਕਿਤੇ ਇੱਕ ਦਿਨ 9:50 ਹੋ ਗਏ ਸੀ, ਅਸੀਂ 9:52 ਤੇ ਬੰਦ ਕਰਤਾ ਸਪੀਕਰ, ਕਿਉਂਕਿ 10 ਵਜੇ ਤੋਂ ਪਹਿਲਾਂ ਖਤਮ ਕਰਨਾ ਹੁੰਦਾ। ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜ਼ਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ, ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਅਜਿਹਾ ਸਵਾਲ ਨਾ ਪੁੱਛ ਲਿਓ ਕਿਹਨੂੰ ਵੋਟ ਪਾ ਕੇ ਆਇਓ ਜੀ। ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ, ਪਰਸੋਂ ਚੌਥੇ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹਨੇ ਕਿਹਨੂੰ ਪਾਈ ਹੈ। ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ ਵੋਟਿੰਗ ਜ਼ਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ।